ਆਪਣੇ ਪਿਤਾ ਨਾਲ ਖੇਤਾਂ ਦੇ ਵਿੱਚ ਗਏ ਇੱਕ ਮਾਸੂਮ ਦੀ ਦਰਦਨਾਕ ਮੌਤ ਹੋ ਗਈ ਜਦੋਂ ਇਹ ਬੱਚਾ ਟਰੈਕਟਰ ਤੋਂ ਅਚਾਨਕ ਹੀ ਹੇਠਾਂ ਡਿੱਗ ਗਿਆ ਤੇ ਰੋਟਵੀਟਰ ਦੇ ਵਿੱਚ ਜਾ ਡਿੱਗਿਆ ਜਿਸ ਕਾਰਨ ਇਸ ਦੀ ਦਰਦਨਾਕ ਮੌਤ ਹੋ ਗਈ ਹੈ। ਮਾਸੂਮ ਬੱਚੇ ਦਾ ਨਾਮ ਗੁਰੂ ਸਾਹਿਬ ਸਿੰਘ ਹੈ ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਹ ਦਰਦਨਾਕ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਕਾਹਨਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਦਰਦਨਾਕ ਹਾਦਸੇ ਦੌਰਾਨ ਇਸ ਮਾਸੂਮ ਦੀ ਮੌਤ ਹੋ ਗਈ ਹੈ। ਗੁਰੂ ਸਾਹਿਬ ਸਿੰਘ ਫਸਟ ਕਲਾਸ ਦਾ ਵਿਦਿਆਰਥੀ ਸੀ ਜੋ ਆਪਣੇ ਪਿਤਾ ਦੇ ਨਾਲ ਖੇਤਾਂ ਦੇ ਵਿੱਚ ਗਿਆ। ਜਦੋਂ ਇਹ ਟਰੈਕਟਰ ਤੇ ਬੈਠਾ ਸੀ ਤਾਂ ਅਚਾਨਕ ਝੋਨੇ ਦੇ ਲਈ ਖੇਤ ਤਿਆਰ ਕਰ ਰਹੇ ਰੋਟਵੀਟਰ ਦੇ ਵਿੱਚ ਜਾ ਡਿੱਗਿਆ ਜਿਸ ਕਾਰਨ ਇਸ ਮਾਸੂਮ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚਾ ਆਪਣੇ ਮਾਪਿਆਂ ਦਾ ਇਕਲੌਤਾ ਹੀ ਪੁੱਤ ਸੀ ਜਿਸ ਦੇ ਚੱਲਦੇ ਹੁਣ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਦਰਅਸਲ ਇਹੋ ਜਿਹੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਨੇ ਜਦੋਂ ਇਹ ਮਾਸੂਮ ਬੱਚੇ ਆਪਣੇ ਮਾਪਿਆਂ ਨਾਲ ਚਲੇ ਤਾਂ ਜਾਂਦੇ ਨੇ ਪਰ ਉੱਥੇ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਹੁਣ ਅਜਿਹਾ ਹੀ ਹਾਦਸਾ ਇਸ ਬੱਚੇ ਨਾਲ ਵੀ ਵਾਪਰਿਆ ਜਦੋਂ ਇਹ ਬੱਚਾ ਰੋਟਵੀਟਰ ਦੇ ਵਿੱਚ ਜਾ ਕੇ ਡਿੱਗ ਜਾਂਦਾ ਤੇ ਦਰਦਨਾਕ ਮੌਤ ਹੋ ਜਾਂਦੀ ਹੈ। ਅਜਿਹੇ ਦੇ ਵਿੱਚ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਘਰ ਹੀ ਛੱਡ ਕੇ ਜਾਣ, ਅਜਿਹੀਆਂ ਥਾਵਾਂ ਤੇ ਨਾ ਲੈ ਕੇ ਜਾਣ ਜਿੱਥੇ ਕੰਮ ਕਾਰ ਚੱਲ ਰਿਹਾ ਹੁੰਦਾ ਹੈ ਕਿਉਂਕਿ ਬੱਚਿਆਂ ਨੂੰ ਅਜਿਹੇ ਟਾਈਮ ਦੇ ਵਿੱਚ ਸਾਂਭਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਕਦੇ ਵੀ ਕੋਈ ਵੀ ਦਰਦਨਾਕ ਹਾਦਸਾ ਵਾਪਰ ਸਕਦਾ ਹੈ ਜਿਸ ਕਾਰਨ ਬੱਚਿਆਂ ਦੀ ਜ਼ਿੰਦਗੀ ਖਤਮ ਵੀ ਹੋ ਸਕਦੀ ਹੈ।